मोही तोही अंतर कैसा अंतर कैसा तोही मोही मोही तोही अंतर कैसा अंतर कैसा कनक कटक जल तरंग जैसा कनक कटक जल तरंग जैसा तोही मोही मोही तोही अंतर कैसा अंतर कैसा जोपे हम ना पाप करंता I'm
Thank you.
Thank you.
ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਤਿੰਨ ਹੈ ਤਾਪ ਨਿਵਾਰਨ ਹਰਾ, ਦੁੱਖ ਹੰਤਾ ਸੁਖਰਾ, ਸਾ ਕਉ ਵਿਘਨਾ ਕਉ ਲਾਗੇ ਹੈ ਜਾ ਕੀ ਪ੍ਰਭਾਗਿਆ। ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ, ਜੇ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਉਨੇ ਦਾਵੇ ਧਾਏ, ਸਭ ਥਾਈ ਹੁਣ ਜੀ ਸਹਿ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੁਣ ਜੀ ਸਹਾਇ, ਸਭ ਥਾਈ ਹੁਣ ਜੀ ਸਹਾਇ। ਤੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਲ ਹੈ, ਬੋਲਣਾ ਜੀ ਸ਼੍ਰੀ ਵਾਹਿਗੁਰੂ। ਬਖਸ਼ਣਾ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਹਾ ਜੈਕਾਰ, ਬੋਲਣਾ ਜੀ ਸ਼੍ਰੀ ਵਾਹਿਗੁਰੂ। ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਕੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀਓ, ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾਬ ਸਾਹਿਬ ਤੇ ਸਮਸਤ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਉੱਚੇ ਪਾਤਸ਼ਾਹ ਜੀਓ। ਹੇ ਨਿਮਾਣ ਦੇ ਮਾਣ, ਸਤਿਗੁਰੂ ਨੇ ਤਾਣਿਆਂ ਦੇ ਤਾਣ, ਸਤਿਗੁਰੂ ਨੇ ਓਟਿਆਂ ਦੇ ਓਟ, ਸਤਿਗੁਰੂ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਚੇ ਪਾਤਸ਼ਾਹ ਜੀ ਹੋ, ਆਪ ਜੀਆਂ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਹਾਂ, ਜੋਦੜੀਆਂ ਰਹੀਆਂ ਸੱਚੇ ਪਾਤਸ਼ਾਹ ਜੀ ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰਾਂ ਤੱਕ ਵਾਕਾਂ ਸੱਚੇ ਪਾਤਸ਼ਾਹ ਜੀ ਨੇ ਅਪਾਰ ਅਪਾਰ ਬਖਸ਼ਿਸ਼ਾਂ ਕੀਤੀਆਂ ਸੱਚੇ ਪਾਤਸ਼ਾਹ ਜੀ ਹੋ, ਸਮੂਹ ਇਲਾਕਾ ਨਿਵਾਸੀ ਸਤਨਾਮ ਸੱਚੇ ਪਾਤਸ਼ਾਹ, ਸੇਵਾਦਾਰ ਕੇ ਸੇਵਕਾਂ ਸੰਗਤਾਂ ਸੱਚੇ ਪਾਤਸ਼ਾਹ ਜੀ ਹੋ, ਜਿਨ੍ਹਾਂ ਨੇ ਮਿਲਜੁਲ ਕਰਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਓਟ ਆਸਰ ਲੈ ਕੇ ਸੱਚੇ ਪਾਤਸ਼ਾਹ ਜੀ ਹੋ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਦਾਸ ਜੀ ਮਹਾਰਾਜ ਦੇ ਗੁਰਪੁਰਬ ਮਨਾਉਣ ਦੇ ਸੱਚੇ ਪਾਤਸ਼ਾਹ ਜੀ, ਆਪ ਦੇ ਚਰਨ ਪਸਰੇ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਅਪਾਰ ਅਪਾਰ ਦਰਸ਼ਨ ਦੇ ਬਖਸ਼ ਕੇ ਨਦਰੋ ਨਦਰ ਨਿਹਾਲ 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 ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰੀ ਦੇ ਸਤਨਾਮ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਸਨਮੁਖ ਸੱਚੇ ਪਾਤਸ਼ਾਹ ਜੀ ਤੁਰਕੀ ਬਾਣੀ ਇਲਾਹੀ ਬਾਣੀ ਸੁਖ ਮਣੇ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾਂ ਕੇ ਮਨ ਦੇ ਸਾਹਮਣੇ ਮਾਂ ਬਾਪ ਦੋਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਾਂ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲਣਗੇ ਕੀ ਸੋਹੈ ਸੀਸ ਸੋ ਹਮਰੀ ਰਚਿਆ ਕਰੈ ਗੁਰ ਕਲਗੀਤ ਹਰ ਜਗਦੀਸ਼ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਕਰੇ ਪਾਰ ਜੋ ਸ਼ਰਧਾ ਕਰ ਸਿਮਰੇ ਵਾਹਿਗੁਰੂ ਪਾਰੇ ਉਤਾਰਨਹਾਰ ਜੋ ਸ਼ਰਧਾ ਕਰ ਸਿਮਰੇ ਵਾਹਿਗੁਰੂ ਪਾਰੇ ਉਤਾਰਨਹਾਰ ਪਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਣ ਗਏ ਸਤ ਪਾਖੇ ਰਵਦਾਸ ਸੋ ਨਿਹਾਲ ਬੋਲੇ ਇੱਕ ਅਰਦਾਸ ਪਾਠ ਕਿਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ
कह रविदास आस लग जीवो चिर भयो दर्शन देखे चिर भयो दर्शन देखे वाहे गुरु सतनाम श्री वाहे गुरु साहिब जी सतनाम श्री वाहे गुरु वाहे गुरु साहिब जी जैतसरी महला चौथा ज्ञानहीन अज्ञानी क्यों चल है मार्ग पंथा हम अंधले को गुरे अंचल दीजे जन नानक चल है मिलन था वाहे गुरु हम अंधले ज्ञानहीन अज्ञानी क्यों चाल है मार्ग पंथा हम अंधले को गुरे अंचल दीजे जन नानक चल है मिलन था वाहिगुरु जी का खालसा वाहिगुरु जी की फतेह पवित्र गोद विच बैठी हुई गुरु रूप प्यारी सत्संग जी अज साहब श्री गुरु रविदास महाराज जी का 637वां प्रकाश पर्व जो कि श्री गुरु रविदास सभा पारवा के पचेंसा की कमेटी वालों मनाया जा रहा है और इतों की समूह संगत के सहयोग के नाल मनाया जा रहा है और जिन्हें भी यूरोप के श्री गुरु रविदास सभावान ने उन्होंने सहयोग न ये प्रोग्राम कराए जा रहे हैं सो मैं इतने आईया हुई कमेटियां आईया हुई कमेटियां का बहुत ही अपने वालों और अपनी कमेटी वालों समूह संगत वालों इन्होंने सारिया सभावान का धन्यवाद करता हाँ सो इस तरह अज जो प्रोग्राम की कवरेज कर रहे हैं मीडिया पंजाब जो कि 40-42 कंट्रिया के जो कि संचलन हो रहा है सो असी भाई साधु सिंह हमदर्द भी बहुत ही धन्यवादी हाँ जो ये प्रोग्राम कवरेज कर रहे हैं ये प्रोग्राम इंटरनेट पर हफ्ते या दो हफ्ते वीडियो फिल्म भी चलाई जाएगी सो मैं इन्हों का भी बहुत बहुत धन्यवाद करता हाँ इस तरह BBC पंजाब रेडियो जो कि इस वेले वो चल रहा है वो अमेरिका कनेडा UK भारत यूरोप के भी चल रहा है सो असी उन्होंने BBC पंजाब रेडियो के प्रजेंटर के बलदेव झल्ली जी सो असी उन्होंने भी अपने वालों और अपनी कमेटी वालों उन्होंने धन्यवाद करते हैं सो मैं इस दे उपरंत मैं बेनती करा श्री गुरु रविदास मिशन ब्रेशिया के प्रधान रानवाया जी वो दो मिनट वास्ते आईया हुई संगत का धन्यवाद करे इस दे उपरंत भारत रत्न डॉक्टर BR अंबेडकर वैलफेयर एसोसीएशन इटली जो कि सारे यूरोप के पिछले महीने तो जो कि 4 कैंप लगे ने बहादुर सिंह जी हीरे वालिया सो इन्होंने साड़ी बेनती प्रवान किया सो मैं इन्होंने अगे मेरी बेनती है ये जो प्रोग्राम है इस इन्होंने जो लिखा सी सो इन्होंने मेरे बेनती की थी पर इन्हों को टाइम सगा पर टाइम तो नहीं सी पर इन्होंने साड़ी बेनती प्रवान किया सो मैं इन्होंने भी बहुत धन्यवादी हाँ सो छोटे छोटे बच्चों का भी मैं बहुत धन्यवादी हाँ जो कि महाराज की हजूरी के बैठे ने सो मैं ज्यादा विस्तार पूर्वक ना जाता हुआ मैं भाई रानवाया जी को बेनती करना दो मिनट वास्ते आईया हुई संगत का धन्यवाद करे इस तो उपरा श्री गुरु ग्रंथ साहब जी की पावन पवित्र हजूरी में जुड़ बैठ गुरु प्यारी साध संग जियो धन धन श्री गुरु रविदास महाराज के 637वें गुरपुरब दया आईया हुई संगत लख लख बधाइया मसीहे क्रांतिकारी रहबर जिन्होंने अपनी बाणी विच धन धन
श्री गुरु ग्रंथ साहब 40 शब्द ते एक श्लोक दर्ज है। सो अपने पर प्रकारी कर्मा करके भक्ति करके पाप ब्रह्म नु पाया ते परकारी कम्मा दे नाल सारी संगत मनुखी संगत की सेवा की। सो मैं इत्थे आई हुई सारिया संगत का अपने वालों ते श्री गुरु अरदास मिशन बरेशिया वालों बहुत बहुत ही धन्यवादी हाँ। ते मीडिया भाई साधु सिंह हमदार ते बीबीसी पंजाबी रेडियो का जो सीधा प्रसारण दिखा रहे हैं ते तड़क हो के ही कौम की सेवा कर रहे हैं उन्होंने भी बहुत बहुत ही धन्यवाद करता हाँ। जय गुरदेव धन गुरदेव सत श्री अकाल। बोले सो निर्भय सतगुरु रविदास महाराज की जय। बधाई देना हाँ। सो गुरु प्यारी सत्संग जी आप जी का बहुत ही बड़बोला उपराला है जो अज साहब जी गुरु रविदास महाराज जी का प्रकाश दिहाड़ा मनाया जा रहा है। इस संबंध में एक कविता आप जी के सन्मुख करांगा। दुखियों के कल्याण हित प्रगटे गुरु रविदास। जुल्म ने जदों अत मचाई हर पासे सी मची दुहाई गरीबा मजलूमा नूं सीने लाउण लई रब्बी जोत सी इक आई मिट गया अंधेरा कूड़दा चानण दा हो गया प्रकाश दुखियों दे कल्याण हित प्रगटे गुरु रविदास। दुखियों दे कल्याण हित प्रगटे गुरु रविदास। हक सच दी कीती वढाई झूठ पाप ते अन्याय नूं खत्म कर कीती जग दी भलाई बहमा भरमां दा भुलेखा कढ़िया गुणा सीना चीरिया बन के रहांगे दास। दुखियों दे कल्याण हित प्रगटे गुरु रविदास। दुखियों दे कल्याण हित प्रगटे जगत गुरु रविदास। सो सत्संग जी असीं जगता आप जी का बहुत बहुत धन्यवाद। सो गुरु प्यारी सत्संग जी साहिब श्री गुरु रविदास महाराज जी ने अपने पूरे जीवन के अंदर मनुखता के भले लई संघर्ष किया। उन्होंने सारी जिंदगी साडे लई ला दित्ती है। साडा भी फर्ज बनता है कि उन्होंने प्रकाश दिहाड़े जो बहुत ही उची पद्धर से और जोर शोरों के नाल मनाने चाहिए ने। कल का प्रकाश दिहाड़े ही नहीं हर पल कोई ना कोई कोशिश कोई ना कोई मिशन प्रति सानू काम कार करते रहना चाहिए है क्योंकि साहिब श्री गुरु रविदास महाराज जी जिन्होंने श्री गुरु ग्रंथ साहब के बहुत। सो इत ही मैं विचार रुकता हाँ। जो बोले सो निर्भय सतगुरु रविदास महाराज की जय। जो बोले सो निहाल सत श्री अकाल। आप सबू उस महान क्रांतिकारी लहबर धन धन सतगुरु रविदास जी महाराज के 637वें प्रकाश दिहाड़े लख लख मुबारकबाद दिंदा हाँ। गुरु प्यारी सत्संग जी धन धन जिदा हरे सिंह दसिया धन धन सतगुरु रविदास जी महाराज जी ने सारी जिंदगी मनुखता के भले लई संघर्ष किया। उन्होंने जात पात तो ऊपर उठ के जो भी संघर्ष किया है उन्होंने अपनी बाणी अंदर भी जो दादा की बाणी धन धन श्री गुरु ग्रंथ साहब दर्ज है बेगमपुरा शहर को नाओ दूर बंदोल तही ना ठाओ। उन्होंने बेगमपुरा धरती से बसाने की वे पद्धर से आवाज बुलंद की है। जिस तरह ऐसा चाहूं राज मैं जहां मेरे सबन को अन्न छोड़ बड़े सब संभे रविदास है प्रसन्न। ये शब्द है भी पूरी मनुखता एक यहोजा राजभाग लैन के देने की गल की है ना कि जात पातों के उपर झगड़े पा के कली चमार पहुंचने की गल की है। उन्होंने समुची बौद्ध समाज की गल की है। सानू भी अज बौद्ध समाज की गल ही करनी चाहिए है। जिस तरह भारत डॉक्टर बी आर अंबेडकर वेलफेयर एसोसीएशन जटली वालों पूरी यूरोपीआ संगत के सहयोग के नाल श्री उदास भावों के सहयोग के नाल भारत की धरती से पिछले साल तो कैंपा की लड़ी शुरू की थी जो बेगमपुरा के शहर को नाम के शब्द को पूरी समर्पित है। जी धरती से बेगमपुरा बसा है कैंपा की लड़ी पिछले साल शुरू की थी। पिछले साल तीन कैंप आरंभ किए सन फवाड़ा फलौर के पंगा के
बहुत ही वधिया सफलतापूर्वक संपन्न हुए सी। उस तरह ही यह साल भी आप सब के सहयोग नाल श्री गुरदास सभा वहां के सहयोग के नाल जिस तरह श्री गुरदास में ब्रेशिया श्री गुरदास सभा श्री गुरदास टेंपल खरूना श्री गुरदास सभा पारा पटेंदा सू बहुत ही बड़ा सहयोग दिता। इस तरह ही जन्म तो श्री गुरदास सभा जन्म फरीदकोट वाले ने भी सू बहुत बड़ा सहयोग दिता कैंपा के जो कि श्री गुरदास सभा खरूना उन्होंने सू कैंपा के बहुत बड़ा सहयोग दिता जो मनुखता के भले की गल है। मैं कैंपा का फिर perché è molto importante pregare tutte le religioni del mondo ci insegna ad avere una grande preghiera sempre, tutti i giorni, perché la preghiera fa diventare il nostro cuore buono, ci dà la forza di sopportare anche le sofferenze, ci fa aiutare l'un l'altro. E questo è quello che anche noi chiediamo sempre a tutta la gente che viene in chiesa. Oggi per noi è festa, ogni domenica la gente viene in chiesa. Vi ringrazio della vostra presenza, vi auguro tanto bene, che la vostra vita sia sempre molto positiva nel lavoro, nella vostra famiglia, con i vostri cari e soprattutto che ci ricordiamo sempre uno con l'altro, perché domani il Signore ci chiamerà e andremo in un'altra vita e quindi dobbiamo prepararci già qui a meritare questa vita nuova che ci verrà data. Grazie, grazie a voi della vostra presenza. Grazie, tanti tanti grazie. Soprattutto noi. Sono due minuti. Io ringrazio tutti voi, ma Kumar perché mi ha chiamato ieri sera e sono rimasto un po' sorpreso e gli ho detto ok, vengo molto volentieri anche per portare il saluto della mia amministrazione e volevo dirvi che sono molto contento delle vostre comunità, perché anche qua a Bellinzone non ho mai avuto problemi con voi e perciò dico andiamo avanti così, perché dobbiamo vivere insieme, convivere insieme, che la globalizzazione ha messo, cioè ci sono queste regole da rispettare, però mi trovo molto bene con voi, perciò andiamo avanti così, vi auguro un buon lavoro, buona preghiera e grazie a tutti voi di quello che state facendo. Grazie. Jo bole sor pa Satguru Das Maharaj ki jai. Grazie molte. Grazie molte. Buon lavoro. ਇਸ ਤਰ੍ਹਾਂ ਜਿੱਥੇ ਚਾਰ ਕੈਂਪਾਂ ਦੀ ਲੜੀ ਖਤਮ ਹੋਈ ਆ, ਇਸ ਤਰ੍ਹਾਂ ਜੋ 20 ਅਪ੍ਰੈਲ ਨੂੰ ਭਾਰਤ ਦੇ ਡਾਕਟਰ ਬੀ ਆਰ ਅੰਬੇਡਕਰ ਫੈਡਰਲ ਐਸੋਸੀਏਸ਼ਨ ਦੀ ਜਿਹੜੀ ਵੱਲੋਂ ਬਾਬਾ ਸਾਹਿਬ ਦੇ ਜਨਮ ਦੇ ਬਹੁਤ ਹੀ ਮਾਣ ਆ, ਫਖਰ ਆ, ਜੋ ਸੱਚ ਦੀ ਆਵਾਜ਼ ਨੂੰ ਪੂਰੇ ਸਮਾਜ ਵਿੱਚ ਬੁਲੰਦ ਕਰਦੇ ਨੇ, ਜੋ ਸਾਡੇ ਸਮਾਜ ਦੇ ਵਿੱਚੋਂ ਜੰਮ ਪਾਲ ਨੇ, ਸਾਡੇ ਸਮਾਜ ਦਾ ਮਤਲਬ ਸੂਬ ਕਰ ਸਕਣ ਦੇ ਵਿੱਚੋਂ ਜੰਮ ਪਾਲ ਨੇ, ਇਸ ਤਰ੍ਹਾਂ ਹੀ ਸਾਧੂ ਸਿੰਘ ਹੁੰਦਾ ਜੀ, ਉਹ ਵੀ ਸਾਡੇ ਭਾਈ ਭੈਣ ਨੇ, ਉਹ ਸਾਨੂੰ ਵੀ ਬਹੁਤ ਵੱਡਾ ਮਾਣ ਆ, ਜੋ ਪੂਰੇ ਸਮਾਜ ਦੇ ਵਿੱਚ ਮੀਡੀਆ ਰਾਹੀਂ ਨਿਰਪੱਖ ਹੋ ਗਏ, ਨਿਰਪੱਖ ਖਬਰਾਂ ਭੇਜਦੇ ਨੇ। ਤੇ ਇੱਕ ਗੱਲ ਮੇਰਾ ਧਿਆਨ ਚ ਜ਼ਰੂਰ ਕਰਾਉਣੀ ਚਾਹੁੰਦਾ, ਜੋ ਗੁਰੂਆਂ ਨੇ ਸੰਘਰਸ਼ ਕੀਤਾ ਸੀ ਜਾਤ ਪਾਤ ਨੂੰ ਖਤਮ ਕਰਨ ਦਾ, ਧੰਨ ਧੰਨ ਸ੍ਰੀ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜਾਤਵਾ ਸੈਕਟ ਨੂੰ ਖਤਮ ਕਰ ਲਈ, ਆਪਣੇ ਚੌਹਾਂ ਪੁੱਤਰਾਂ ਦੀ ਸ਼ਹੀਦੀ ਦੇ ਦਿੱਤੀ, ਆਪਣੇ ਪੂਰੇ ਸਰਬੱਤ ਪਾ ਦਿੱਤਾ ਤੇ ਉਹ ਜਾਤ ਪਾਤ ਨੂੰ ਖਤਮ ਕਰਕੇ ਇੱਕ ਨਵਾਂ ਹੀ ਪੰਥ ਦਾ ਸਿਰਜਣਾ ਕਰ ਦਿੱਤੀ, ਖਾਲਸਾ ਪੰਥ ਦੀ ਸਿਰਜਣਾ ਕੀਤੀ। ਪਰ ਦੁੱਖ ਦੀ ਗੱਲ ਇਹ ਆ, ਅੱਜ 350 ਸਾਲ ਦੇ 325 ਸਾਲ ਦੇ ਕਰੀਬ ਬੀਤ ਜਾਣ ਤੋਂ ਬਾਅਦ ਅਜੇ ਵੀ ਉਹ ਜਾਤ ਪਾਤ ਬਾਹਰ ਪ੍ਰਦੇਸ਼ਾਂ ਦੀ ਧਰਤੀ ਤੇ ਆ ਕੇ ਵੀ ਖਤਮ ਨਹੀਂ ਹੋਈ। ਇਸ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਸਾਡੇ ਜੋ ਭਾਈ ਭਰਾ ਆ ਉਹਨਾਂ ਨਾਲ ਕਾਫੀ ਸਮੇਂ ਤੋਂ ਬੈਂਕਰੇ ਹੋ ਰਹੀ, ਕਿਉਂ ਉੱਥੇ ਸਿਟੀਜ਼ਨ ਸੀ, ਸਿਟੀਜ਼ਨ ਹੋਣ ਦੇ ਨਾਲ ਉਹ ਸਰਕਾਰੀ ਅਦਾਰਿਆਂ ਵਿੱਚ ਵੀ ਨੌਕਰੀ ਕਰਦੇ ਸਨ, ਸਰਕਾਰੀ ਜੋ ਪਬਲਿਕ ਅਦਾਰੇ ਉਹਨਾਂ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਇੱਕ ਵਾਰ ਪ੍ਰਧਾਨ ਸਾਹਿਬ ਜੀ ਗੱਲਾਂ ਜ਼ਰੂਰੀ ਨੇ ਤੇ ਇਹ ਸੱਚ ਦਾ ਪੁਜਾਰੀ ਆ, ਸੱਚ ਬੋਲਣ ਨੂੰ ਸਾਨੂੰ ਸੱਚ ਬੋਲਣ ਸਾਨੂੰ ਕਹਿ ਲਿਆ, ਅਸੀਂ ਸੱਚ ਨਹੀਂ ਬੋਲਦੇ। ਇਹ 37 ਮਹਾਂਪੁਰਸ਼ਾਂ ਦੀ ਜੋਤ ਹੋਣ ਦੇ ਬਾਵਜੂਦ ਵੀ ਅਸੀਂ 10 ਮਹਾਂਪੁਰਸ਼ਾਂ ਜੋਤ ਕਹੀ ਜਾਂਦੇ ਹਾਂ, ਜਦਕਿ 6 ਪਾਤਸ਼ਾਹੀ ਵਿੱਚ ਬਾਣੀ ਆ, 14 ਦੇ ਵਿੱਚ ਬਾਣੀ ਨਹੀਂ। ਫਿਰ 37 ਮਹਾਂਪੁਰਸ਼ਾਂ ਦੀ ਜੋਤ ਆ, ਇਹਨੂੰ ਆਪਾਂ ਸਮਾਜਿਕ ਬਰਾਬਰ ਦੇ ਆਧਾਰ ਦੇ ਉੱਪਰ ਲਈਏ। ਫਿਰ ਬਹੁਤ ਵੱਡਾ ਜੋ ਸੰਸਾਰ ਦਾ ਸਮੁੰਦਰ ਆ, ਜੋ ਮਨੁੱਖਤਾ ਦੇ ਪ੍ਰਧਾਨ ਦਾ
ਸੱਚ ਬੋਲੀਏ। 36 ਮੈਂ ਕਾਨੂੰਨ ਦੇ ਆਧਾਰ ਤੇ ਦੋਹਾਂ ਭਰਾਵਾਂ ਨੂੰ ਤੋਂ ਮੇਰੇ ਸਮਾਜ ਵਿੱਚੋਂ ਜਾਂਪਾ ਨੇ, ਮੈਨੂੰ ਇਹਦੇ ਪੂਰਾ ਫਖਰ ਆ, ਮੈਨੂੰ ਮਾਣ ਵੀ ਆ। ਮੈਂ ਬਹਾਦਰ ਸਿੰਘ ਜੀ ਨਾਲ ਕਾਫੀ ਵਾਰਾਂ ਸੁਣੀਆਂ, ਉਹਨਾਂ ਦੇ ਵਿਚਾਰ ਸੁਣੇ ਆ, ਉਹ ਸੱਚ ਦੇ ਪੈਰ ਦਿੰਦੇ ਨੇ। ਜ਼ਰੂਰ ਇਹ ਗੱਲ ਨੂੰ ਆਪਣੇ ਭਾਈ ਸਿੰਘ ਸਿਆਵਾਂ ਵਿੱਚ ਪਹੁੰਚਾਉਣਗੇ, ਜੋ ਇੱਥੋਂ ਰਲ ਕੇ ਅਗਲਿਆਂ ਨੂੰ ਸਿੰਘ ਸਿਆਵਾਂ ਨੂੰ ਬੇਨਤੀ ਕਰਨਗੇ, ਭਾਈ ਕਾਨੂੰਨ ਨੂੰ ਨਾ ਰੋਕੋ, ਕਾਨੂੰਨ ਨੂੰ ਬਣ ਦਿਓ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਭੱਜੇ, ਤਦ ਇਹ ਖਾਲਸਾ ਰਾਜ ਬਣੇਗਾ, ਤਦ ਇਹ ਪੈਗੰਬਰ ਬਣੇਗਾ। ਨਹੀਂ ਤਾਂ ਜਿੱਦਾਂ ਕਹਿੰਦੇ ਵੀ ਹਿੰਦੁਸਤਾਨ ਦੇ ਪੰਜ ਫੰਡ ਲੋਕ, ਪੰਜ ਫੰਡ ਹਿੰਦੁਸਤਾਨ ਦੇ ਮਾਲਕ ਭਾਰਤ ਦੇ ਮਾਲਕ ਬਣੀ ਬੈਠੇ ਆ, ਅਤੇ ਜਿਹੜੇ 95% ਆ ਉਹ ਭਾਰਤੀ 95% ਆ, ਅਤੇ ਉਹ ਹਿੰਦੁਸਤਾਨ ਦੀ ਗੁਲਾਮੀ ਕਰਦੇ ਆ, ਅਤੇ ਇੱਥੇ ਹੀ ਵਿਚਾਰ ਹੋਗਾ ਜੈ ਗੁਰਦੇਵ ਜੈ ਭੀਮ ਧੰਨ ਗੁਰਦੇਵ। ਆਖਿਰ ਵਿੱਚ ਫਿਰ 20 ਪ੍ਰਿਆਲ ਜੋ ਕੈਂਪ ਲੱਗਦੇ ਆ। ਸੋ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਸਾਨੂੰ ਬੇਗਮਪੁਰੇ ਦਾ ਹੋਕਾ ਦੇ ਕੇ ਸਾਨੂੰ ਸਾਰੇ ਹੀ ਧਰਮਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਆ, ਸੋ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਆ ਕਿ ਗੁਰੂਆਂ ਦੇ ਕੀਤੇ ਹੋਏ ਵਚਨਾਂ 'ਤੇ ਪਹਿਰਾ ਦੇਈਏ। ਸੋ ਮੈਂ ਇੱਕ ਵਾਰੀ ਫਿਰ ਏਕ ਨੂਰ ਵੈਲਫੇਅਰ ਐਸੋਸੀਏਸ਼ਨ ਕਸਤਰ ਸੰਜਵਾਨੀ ਵੱਲੋਂ ਆਪ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਕਾਰ ਨਹੀਂ ਹਨ ਜੋ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ, ਇਸ ਕਰਕੇ ਨਹੀਂ। ਹਾਂਜੀ ਰੋਸ ਅਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਤੇ ਪਵਿੱਤਰ ਸੱਚੀ ਤੇ ਸੱਚੀ 84 ਲੱਖ ਜੂਨ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੱਲ ਕੀਤੀ ਗਈ, ਕੋਈ ਇਸ ਤਰ੍ਹਾਂ ਦਾ ਜਰਰਾ, ਇਸ ਤਰ੍ਹਾਂ ਦੀ ਕੋਈ ਮਿੱਟੀ ਦਾ ਕਣ, ਇਸ ਤਰ੍ਹਾਂ ਦਾ ਕੋਈ ਪੱਤਾ, ਦੁਨੀਆਂ ਤੇ ਜਿੰਨੀਆਂ ਵੀ ਚੀਜ਼ਾਂ ਉਪਜੀਆਂ ਨੇ ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤਾ ਹੋਇਆ। ਸਾਰੀਆਂ ਹਸਤੀਆਂ ਤੋਂ ਉੱਤੇ ਹਸਤੀ ਹੈ ਜਿਹੜੀ, ਉਹ ਆ ਨਾਮ ਦੀ। ਅਸੀਂ ਆਏ ਹਾਂ ਇੱਥੇ, ਆਪੋ ਆਪਣੀਆਂ ਸੰਸਥਾਵਾਂ ਬਣਾਈਆਂ ਜੋ ਕਿ ਲੋੜ ਅੱਜ ਦੇ ਸਮੇਂ ਦੀ, ਅੱਜ ਦੇ ਸਮੇਂ ਨੂੰ ਇਸ ਮੰਗ, ਅੱਜ ਦੇ ਸਮੇਂ ਨੂੰ ਇਸ ਚੀਜ਼ ਦੀ ਹੱਕ ਲੈਣ ਦੀ, ਕਿਉਂਕਿ ਹੱਕ ਆ ਜਿਹੜਾ ਉਹ ਕੋਈ ਸਾਡੀ ਝੋਲੀ 'ਚ ਨਹੀਂ ਪਾਉਂਦਾ ਹੁੰਦਾ। ਜਿਹੜੇ ਪ੍ਰੇਮ ਬੰਧਨਾਂ ਦੇ ਪੁਜਾਰੀ ਸੀ ਉਹ ਧੰਨ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਸ ਦੁਨੀਆਂ ਦੇ ਵਿੱਚ ਰਹਿਬਰ ਬਣ ਕੇ ਆਏ, ਅਕਾਲ ਪੁਰਖ ਨੇ, ਲੀਡਰੀ ਨੇ ਲਾਂਬੀ ਗੱਲ ਛੱਡੀ ਫੜ ਕੇ ਸਾਡੇ ਹਿੰਦੁਸਤਾਨ ਦੀ ਇਲੈਕਸ਼ਨ ਤੇ ਅਸਲਾ ਗੱਲਾਂ ਸਾਰੀਆਂ ਹੀ ਕਰਨੀਆਂ ਪੈਣਗੀਆਂ। ਇਹ ਦੋਨੇ ਚੀਜ਼ਾਂ ਖਤਮ ਹੋ ਜਾਣ, ਗੱਲ ਕੁਛ ਹੋਰ। ਸੋ ਦੋ ਚੀਜ਼ਾਂ ਸਾਨੂੰ ਮਾਰ ਰਹੀਆਂ, ਇਲੈਕਸ਼ਨ ਤੇ ਅਸਲਾ। ਅਸਲੇ ਤੇ ਵੀ ਕਰੋੜਾਂ ਹੀ ਰੁਪਈਆ ਖਰਚ ਹੁੰਦਾ, ਆ ਇਲੈਕਸ਼ਨਾਂ ਤੇ ਹੁਣ ਸਾਡੇ ਨੌਜਵਾਨ, ਅਸੀਂ ਤੇ ਆਪਣਾ ਆਪ ਬਚਾ ਕੇ ਇੱਥੇ ਬੈਠੇ ਹਾਂ ਨਾ, ਤੇ ਉਹ ਵਿਚਾਰੇ ਕੀ ਕਰਨ ਜਿਹਨਾਂ ਦੇ ਕੋਲ ਅੱਜ 10-10 ਲੱਖ ਰੁਪਈਆ ਲਾ ਕੇ ਇੱਥੇ ਭੇਜਣ। ਇਹ ਸਾਡੇ ਜੱਥੇ ਦਾ ਕੋਈ ਲੀਡਰੀ ਜਾਂ ਕਿਸੇ ਇਸ ਤਰ੍ਹਾਂ ਦੇ ਇਸ਼ੂ ਨੂੰ ਟੱਚ ਕਰਨ ਵਾਸਤੇ ਅਸੀਂ ਦੁਨੀਆਂ ਦੇ ਵਿੱਚ ਨਹੀਂ ਆਏ। ਅਸੀਂ ਸਿਰਫ ਤੇ ਸਿਰਫ ਦੁਨੀਆਂ ਤੇ, ਜੋ ਮੈਂ ਵੀ ਆਪਣੇ ਭਾਗ ਚੰਗੇ ਸਮਝਾਂਗਾ ਕਿ ਪਾਤਸ਼ਾਹ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਸਾਡੇ ਆਪ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇੱਕ ਚੀਜ਼ ਬਖਸ਼ ਦੇਣ ਪਾਤਸ਼ਾਹ, ਸਿਰਫ ਆਪਣੇ ਲੜ ਲਾ ਲੈਣ। ਜਦੋਂ ਇਹਦੇ ਲੜ ਲੱਗ ਗਿਆ, ਨਾਮ ਜਿਹੜਾ, ਨਾਮ ਦੇ ਪਿਛਲੇ ਪਾਸੇ ਸਾਰੀਆਂ ਹੀ ਅਵਸਥਾਵਾਂ ਮਗਰ ਲੈਣਾ ਲਾ ਕੇ ਫਿਰਦੀਆਂ ਨੇ। ਪਾਤਸ਼ਾਹ ਸਾਨੂੰ ਵੀ ਕਿਤੇ ਵਰਤ ਲਓ ਨਾ, ਕਰਦੀ ਹੈ ਪਾਤਸ਼ਾਹ ਕਿਤੇ ਚੰਗੇ ਕਰਮਾਂ ਨੂੰ ਮੈਨੂੰ ਵਰਤ ਲੈ ਨਾ। ਇਹ ਮਾਇਆ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ। ਜਦੋਂ ਇਹ ਮਾਇਆ ਕਮਾਉਂਦੇ ਆ, ਕਿੱਥੇ ਚਲੇ ਗਏ? ਡਿਸਕੋ ਠੇਕੇ 'ਚ ਕਿੱਥੇ ਸ਼ਰਾਬ, ਕਿੱਥੇ ਮਹਿਖਾਨੇ ਹਾਤਿਆਂ ਤੇ ਠੇਕਿਆਂ ਤੇ? ਉਦੋਂ ਮਾਇਆ ਨਹੀਂ ਰਹਿੰਦੀ, ਉਦੋਂ ਮਾਇਆ ਦਾ ਕਿਸੇ ਗਿਆਤ ਨਹੀਂ, ਕੋਈ ਪੈਸਾ ਲੱਗਦਾ। ਮਾਇਆ ਭਲੀ ਉੱਥੇ ਹੀ ਲੱਗਦੀ ਆ, ਕਿਸੇ ਗਰੀਬ ਦੇ ਮੂੰਹ ਵਿੱਚ ਪਵੇ, ਕਿਉਂਕਿ ਪਾਤਸ਼ਾਹ ਨੇ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਨਾਨਕ ਦੇਵ ਦੀ ਗੁਲ। ਧੰਨ ਗੁਰੂ ਰਵਿਦਾਸ ਮਹਾਰਾਜ ਜੀ ਕਿਤੇ ਕਰੋੜਾਂ ਪਤੀ ਸੀ, ਜੇ ਉਹਨਾਂ ਦੀਆਂ ਟ੍ਰੇਨਾਂ, ਜੇ ਉਹਨਾਂ ਦੇ ਪਲੇਨ ਚੱਲਦੇ ਸੀ ਵੀ ਉਹ ਬਹੁਤ ਪਾਪੂਲਰ ਨੇ। ਅੱਜ ਸਾਡੇ ਵਿੱਚ ਕੋਈ ਪਾਪੂਲਰ ਜੇ ਕਿਸੇ ਥੱਲਣੀ ਦੁਨੀਆਂ ਤੇ ਆਣ ਕੇ ਗਿਣਦੇ ਆ, ਤੇ ਬਿਰਲੇ ਘਰ ਪਹੁੰਚੇ, ਤੇ ਪਹੁੰਚਣ ਦਾ ਇੱਕੋ ਇੱਕ ਕਾਰਨ ਆ, ਪਹਿਲਾਂ ਸਾਨੂੰ ਇਕਾਗਰਤਾ ਬਣਾਉਣੀ ਪਊਗੀ। ਇਕਾਗਰਤਾ ਸਾਡੀ ਬਣਦੀ ਨਹੀਂ, ਆ ਵੱਧ ਤੋਂ ਵੱਧ ਅਸੀਂ 100 ਕੁ ਪੁਰਾਣੀ ਇੱਥੇ ਬੈਠੇ ਆ, ਸਾਡੇ ਵੀ ਬੱਚੇ ਇੱਕ ਅੰਦਰ ਜਾ ਰਹੇ ਆ, 2 ਬਾਹਰੋਂ ਆ ਰਹੇ ਨੇ, ਇਸੇ ਤਰ੍ਹਾਂ ਬਸ ਝੜੀ ਲੱਗੀ ਹੋਈ ਆ ਬੈਠੇ ਆ।
ਬੱਚਿਆਂ ਨੂੰ ਪਹਿਲਾਂ ਬੈਠਣਾ ਸਿਖਾਓ, ਆਪ ਸਿੱਖੋ। ਸਭ ਤੋਂ ਪਹਿਲਾਂ ਪੰਥ ਚਲਾਇਆ ਮਹਾਰਾਜ ਨੇ, ਇੱਕ ਸਿੱਕਾ ਮਾਰਿਆ ਨਾ ਜਗਤ ਦੇ ਵਿੱਚ ਇੱਕੋ ਓਂਕਾਰ ਦਾ। ਅੱਜ ਇੱਕੋ ਓਂਕਾਰ ਤੋਂ ਕੋਈ ਪੜ੍ਹਨ ਤੋਂ ਕੋਈ ਰੋਕਦਾ, ਕਿਸੇ ਦੀ ਜੁਰਤ ਨਹੀਂ ਵੀ ਕੋਈ ਰੋਕ ਲਵੇ। ਉਸ ਸਮੇਂ ਦੇ ਵਿੱਚ ਜੇ ਰਵਿਦਾਸ ਮਹਾਰਾਜ ਜੀ ਇਸ ਦੁਨੀਆਂ ਤੇ ਨਾ ਆਉਂਦੇ, ਅਸੀਂ ਤੇ ਡਾਂਗਾ ਫੜ ਕੇ ਲੜਦੇ ਹਾਂ ਨਾ, ਤੇ ਮਹਾਰਾਜ ਨੇ ਸ਼ਬਦ ਦੀ ਲੜਾਈ ਕਰਕੇ ਵੱਡਿਆਂ ਵੱਡਿਆਂ ਧਰਾਂਤਰਾਂ ਨੂੰ ਸਿੱਧੇ ਰਾਹ ਪਾ ਦਿੱਤਾ। ਪਰ ਸ਼ਬਦ ਨਾਲ ਉਹ ਕਹਿੰਦੇ ਆ ਜਾ ਬਹਿ ਜਾ, ਹੁਣ ਤੇ ਕਹਿੰਦੇ ਨਾ ਟੇਬਲ ਤੇ ਬੈਠੋ, ਉਦੋਂ ਮਹਾਰਾਜ ਕਹਿੰਦੇ ਆ ਜਾ ਕੁੱਲੀ ਦੇ ਵਿੱਚ ਹੀ ਬਹਿ ਜਾ, ਇੱਥੋਂ ਹੀ ਤੈਨੂੰ ਸਾਰਾ ਕੁਝ ਦਿਖਾ ਦਿੰਦੇ ਆ। ਜੇ ਗੰਗਾ ਰਾਮ ਵਰਗੇ ਆਏ ਨੇ ਜੀ ਮੇਰਾ ਕੰਗਣ, ਕਹਿੰਦੇ ਆ ਚੁੱਕ ਕਿਤੇ ਕਿੰਨੇ ਕੰਗਣ ਤੁਰੇ ਫਿਰਦੇ ਨੇ। ਇੱਕ ਕੰਗਣ ਦੀ ਗੱਲ ਕਰਦਾ ਫਿਰਦਾ, ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਨੇ ਤਾਂ ਪੈਰਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਬੇਨਤੀਆਂ ਕਰਦੀਆਂ ਫਿਰਦੀਆਂ, ਪਾਤਸ਼ਾਹ ਕਿਤੇ ਨਾ ਕਿਤੇ ਸਾਡੀ ਵੀ ਢੋਈ ਕਰ ਦਿਓ। ਸੋ ਆਓ ਉਹਨਾਂ ਰਹਿਬਰਾਂ ਨੂੰ ਅੱਜ ਮਨਾਉਣ ਵਾਸਤੇ ਬੈਠੇ ਆ। ਜ਼ਿਆਦਾ ਗੱਲਾਂ ਨਾ ਕਰਦੇ ਹੋਏ ਇਤਿਹਾਸ ਨਾਲ ਜੁੜਨਾ ਕਰੀਏ। ਰਵਿਦਾਸ ਮਹਾਰਾਜ ਜੀ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਆਉਂਦੇ ਨੇ, ਆਉਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਧੰਨ ਗੁਰੂ ਅਕਾਲ ਪੁਰਖ ਦੇ ਇੱਕ ਬਾਰਗਾਹ ਦੇ ਵਿੱਚ ਇੱਕ ਪਰੇ ਪੰਚਾਇਤ ਬੁਲਾਈ ਗਈ। ਉੱਥੇ ਕਹਿੰਦੇ ਵੀ ਇਸ ਕੌਮ ਨੂੰ ਉੱਪਰ ਚੁੱਕਣ ਵਾਸਤੇ ਕਿਹਨੂੰ ਭੇਜਿਆ ਜਾਵੇ। ਰਵਿਦਾਸ ਮਹਾਰਾਜ ਜੀ ਦੇ ਪਹਿਲੇ ਜਨਮ ਤੇ ਉਹਨਾਂ ਨੇ ਝਾਤੀ ਪਾ ਕੇ ਰਵਿਦਾਸ ਮਹਾਰਾਜ ਜੀ ਨੂੰ ਬੁਲਾ ਕੇ ਆਪਣੇ ਬੇਕੁੰਠ ਦੇ ਵਿੱਚ ਉੱਥੋਂ ਥਾਪੀ ਦੇ ਕੇ ਅਕਾਲ ਪੁਰਖ ਆਪ ਖੁਦ ਅਕਾਲ ਪੁਰਖ ਦਾ ਰੂਪ ਧਾਰਨ ਕਰਕੇ ਇਸ ਦੁਨੀਆਂ ਤੇ ਆਣ ਕੇ ਰਵਿਦਾਸ ਸਾਹਿਬ ਜੀ ਮੀਡੀਆ ਪੰਜਾਬ ਵਾਲੇ ਪਹੁੰਚੇ ਨੇ। ਇਹਨਾਂ ਨੂੰ ਪਤਾ ਜਿਹਨਾਂ ਨਾਲ ਸਾਡਾ ਪਿਆਰ ਹੁੰਦਾ, ਪੈਸੇ ਆਉਂਦੇ ਜਾਂਦੇ ਰਹਿੰਦੇ, ਅਸੀਂ ਪੈਸਿਆਂ ਦੀ ਵੀ ਪਰਵਾਹ ਨਹੀਂ ਕਰਦੇ, ਸਿਰਫ ਤੇ ਸਿਰਫ ਗੁਰੂ ਦੇ ਨਾਲ ਪ੍ਰੇਮ ਤੇ ਗੁਰੂ ਦੀਆਂ ਸੰਗਤਾਂ ਦੇ ਨਾਲ ਪ੍ਰੇਮ। ਜਦੋਂ ਕੋਈ ਪ੍ਰੇਮ ਨਾਲ ਸਾਨੂੰ ਬੁਲਾਉਂਦਾ ਫਿਰ ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ। ਜਦੋਂ ਸਾਨੂੰ ਕੋਈ ਪ੍ਰੇਮ ਨਾਲ ਆਵਾਜ਼ ਮਾਰਦਾ ਨਾ ਸਾਧ ਸੰਗਤ ਜੀ, ਅਸੀਂ ਭੱਜੇ ਆਉਂਦੇ ਹਾਂ ਜਿਸ ਤਰ੍ਹਾਂ ਕਿਸੇ ਪਤੰਗ ਦੀ ਨੀ ਡੋਰ ਖਿੱਚਦੇ, ਏਦਾਂ ਅਸੀਂ ਆਉਂਦੇ ਹਾਂ। ਜੇ ਤੁਸੀਂ ਕਿਸੇ ਨਾਲ ਪ੍ਰੇਮ ਕਰੋਗੇ ਨਾ, ਸਤਿ ਸ਼੍ਰੀ ਅਕਾਲ।
रवि दास जी ने ले आया।
ਵਾਹਿਗੁਰੂ ਦਾ ਕੋਟਾਨ ਕੋਟਾਨ ਸ਼ੁਕਰਾਨਾ ਕੀਤਾ ਤੇ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤ ਸੰਗਤ ਜੀ, ਕੁਝ ਸਮਾਂ ਪਾ ਕੇ ਬਾਲਾ ਪ੍ਰੀਤਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਆਹ ਕਾਰਜ ਰਚਾਇਆ ਜਾਂਦਾ ਹੈ, ਜਿਸ ਤਰ੍ਹਾਂ ਕਿਸੇ ਕਵੀ ਨੇ ਲਿਖਿਆ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਕਿਸੇ ਇਸੇ ਹੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਸੀ ਨਾ ਜਿਹੜੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਸੀ ਕਿ ਸਾਡੇ ਘਰ ਕੋਈ ਦੁਨਿਆਵੀ ਪੁੱਤਰ ਆਇਆ ਹੈ ਜਾਂ ਭਗਵਾਨ ਆਪ ਹੀ ਪਰਉਪਕਾਰ ਕਰਨ ਵਾਸਤੇ ਇਸ ਡੁੱਬੀ ਹੋਈ ਲੋਕਾਈ ਨੂੰ ਤਾਰਨ ਵਾਸਤੇ ਸਾਡੇ ਘਰ ਅਵਤਾਰ ਧਾਰ ਕੇ ਆਏ ਨੇ। ਉਹਨਾਂ ਨੇ ਵੀ ਇਸੇ ਤਰ੍ਹਾਂ ਉਹਨਾਂ ਦਾ ਵਿਆਹ ਕਾਰਜ ਕਰ ਦਿੱਤਾ ਸੀ। ਇੱਧਰ ਭਗਤ ਰਵਿਦਾਸ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕਾਰਜ ਰਚਾਇਆ ਜਾਂਦਾ ਹੈ ਤੇ ਇਹਨਾਂ ਦੀ ਗਿਆਨ ਰੂਪੀ ਆਪਣੇ ਦੇਖ ਹੀ ਨਹੀਂ ਸਕੀ ਕਿ ਸਾਡੇ ਘਰ ਬਾਲਕ ਰੂਪੀ ਹੁੰਦੇ ਨਾ ਆਉਣ ਜਾਣ ਵਾਲੇ ਮੁਸਾਫਰ, ਆਉਣ ਜਾਣ ਵਾਲੇ ਲਾਹੀ ਜਦੋਂ ਅਸਾਂ ਕੁੱਲੀ ਨੂੰ ਵੇਖਦੇ ਤੇ ਕੀ ਆਖਦੇ ਨੇ, ਰਾਮ ਨਾਮ ਦਾ ਆਵਾਜ਼ਾ ਆਵੇ ਕੁੱਲੀ ਰਵਿਦਾਸ ਦੀ ਵਿੱਚੋਂ, ਨਾ ਕਰ ਬੰਦਿਆ ਮੇਰੀ ਮੇਰੀ ਦਮ ਦਮ ਸਾਹ ਕੋਈ ਨਾ, ਸਾਡੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜੰਗੀਰਾਂ ਵਾਲਿਆ। ਜਦੋਂ ਇਹ ਗੱਲ ਹੋਈ ਨਾ ਕਹਿੰਦੇ ਇਹ ਕੁੱਲੀ ਤੇ ਇੰਜ ਜਾਪਦੀ ਹੈ ਕਿ ਜਿਵੇਂ ਸੱਚਖੰਡ ਦਾ ਦਰਬਾਰ ਕਹਿ ਕਰੇ ਆਣ ਕੀ ਆਸ ਜਿਹਦੇ ਕਰਕੇ ਮੈਂ ਦੁਨੀਆਂ ਦੇ ਵਿੱਚ ਆਇਆ। ਪਹਿਲੇ ਕੁਝ ਸਮਾਂ ਕੱਢ ਕੇ ਪ੍ਰਭੂ ਦੀ ਬੰਦਗੀ ਦੇ ਵਿੱਚ ਲੀਨ ਹੋਣ ਵਾਸਤੇ ਮੱਥੇ ਤਿਲ ਬੁਲਾਉਂਦੇ ਨੇ, ਜੰਜੂ ਪਹਿਨ ਕੇ ਪੰਡਤਾਂ ਵਾਂਗੂ ਸੰਖ ਵਜਾਉਂਦੇ ਨੇ ਅਤੇ ਉਹਨਾਂ ਦੀ ਸੋਭਾ ਸਾਰੇ ਸੰਸਾਰ ਵਿੱਚ ਵਧਣ ਲੱਗੀ। ਇਹ ਗੱਲ ਪੰਡਤ ਬਰਦਾਸ਼ਤ ਨਾ ਕਰ ਸਕੇ, ਉਹਨਾਂ ਨੇ ਸਰਾਵਾਂ ਤਿਆਰ ਕਰਵਾਈਆਂ, ਪੂਜਾ ਹੋਣ ਲੱਗੀ, ਰਵਿਦਾਸ ਮਹਾਰਾਜ ਦੀ ਸਾਰੀਆਂ ਜਾਤਾਂ ਪਾਤਾਂ ਨੂੰ ਉਪਦੇਸ਼ ਦੇਣ ਲੱਗੇ।
ਸਭ ਜਾਏ ਤੇਗ ਬਹਾਦਰ ਸਿੰਘ ਰਿਹਾ ਕਰਨਾ ਉਹਨੇ ਤਾਵੇ ਧਾਏ ਸਭ ਥਾਈ ਹੋਣਾ ਜੀ ਸਾ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਏ ਸਭ ਥਾਈ ਹੋਣਾ ਜੀ ਸਹਾਏ ਸਰਬਤ ਮਹਾਂਪੁਰਖਾਂ ਦੀ ਜਗਦੀ ਜੋਤ ਹਾਜ਼ਰਾਂ ਹਜ਼ੂਰ ਸਭ ਕਲਾ ਭਰਪੂਰ ਮਾਇਆ ਦੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਾਂ ਦਾ ਧਿਆਨ ਅੰਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਬਖਸ਼ਣ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਾਸਿਰ ਦਾਨ ਨਾਮ ਦਾਨ ਸ਼੍ਰੇ ਅੰਮ੍ਰਿਤਸਰ ਸਹਿਜੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਹਾ ਜੈਕਾਰ ਬੋਲਣਾ ਜੀ ਸ਼੍ਰੀ ਵਾਹਿਗੁਰੂ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰੱਖਿਆ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸੇਵਾ ਸੰਭਾਲ ਦਾ ਦਾਨ ਆਪਣੇ ਘਰੇ ਖਾਲਸਾ ਜੀ ਨੂੰ ਬਖਸ਼ ਸੱਚੇ ਪਾਤਸ਼ਾਹ ਜੀਓ ਹੇ ਨਿਮਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਦਾਸ ਜੀ ਮਹਾਰਾਜ ਜੀ ਗੁਰਪੁਰਬ ਬਣਾਏ ਸਤਨਾਮ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਤੋਂ ਸਤਨਾਮ ਸੱਚੇ ਪਾਤਸ਼ਾਹ ਸੇਵਕਾਂ ਵੱਲੋਂ ਸਤਨਾਮ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਨਾਮ ਸੱਚੇ ਪਾਤਸ਼ਾਹ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਨਿਰਵਿਘਨ ਦਾ ਸਹਿਜ ਸੰਪੂਰਨ ਦਾ ਸੱਚੇ ਪਾਤਸ਼ਾਹ ਕਥਾ ਕੀਰਤਨ ਦੇਵਾਨਾਂ ਦੀਆਂ ਸਮਾਪਤੀਆਂ ਸੱਚੇ ਪਾਤਸ਼ਾਹ ਸੇਵਕਾਂ ਪਾਸੋਂ ਗੁਰਮਤਿ ਵਿਚਾਰਾਂ ਕਰਦੇ ਸੱਚੇ ਪਾਤਸ਼ਾਹ ਕਰਦੇ ਸਮੇਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ਮਾਫ਼ ਕਰਨ ਸਮਤ ਬਖਸ਼ੀਆਂ ਗਾਹਾਂ ਵਾਸਤੇ ਸੱਚੇ ਪਾਤਸ਼ਾਹ ਜੀਓ ਇਹ ਆਪ ਜਾਣੀਆਂ ਸੱਚੇ ਪਾਤਸ਼ਾਹ ਜੀਓ ਗੁਰੂ ਘਰ ਦੀਆਂ ਗੋਲਕਾਂ ਵਾਸਤੇ ਬੇਅੰਤ ਮੈਂ ਅਰਦਾਸ ਕਰਨਾ ਸੱਚੇ ਪਾਤਸ਼ਾਹ ਕਿਰਪਾ ਕਰੀ ਸੇਵਕਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦੁਆਰਾ ਘਰੋਂ ਚੜ੍ਹਦੀ ਕਲਾ ਬਖੀ ਸਤਨਾਮ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਆਪ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕੀਤੇ ਕਿਰਪਾ ਕਰਨੀ ਇਸੇ ਤਰ੍ਹਾਂ ਸੇਵਕਾਂ ਦੀ ਲਜਪਤ ਰੱਖਣੀ ਹਰ ਮੈਦਾਨ ਨੇ ਹਰ ਦੀਵਾਨੇ ਫਤਿਹ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਆਪਣੇ ਦੁਆਰਾ ਘਰੋਂ ਸਿੱਖੀ ਜੀਵਨ ਨਾਮ ਦਾਨ ਬੰਡਾ ਪੈਰ ਤੇ ਝੜਦੀਆਂ ਕਲਾ ਬਖੀ ਸਤਨਾਮ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸੇਵਕਾਂ ਦੇ ਸਿਰਾਂ ਤੇ ਮਿਹਰ ਪਰ ਹੱਥ ਰੱਖਣਾ ਅਗਾਹਾਂ ਵਾਸਤੇ ਵੀ ਆਪਣੇ ਚਿਤ ਮੈਂ ਪ੍ਰੀਤ ਬਖਸ਼ਿਸ਼ ਦਰਕ ਦੀ ਸੇਵਾ ਆਪਣੇ ਸੱਚੇ ਪਾਤਸ਼ਾਹ ਜੀਓ ਸੋ ਨਿਹਾਲ ਬੋਲੇ ਤੱਕੀ ਤਾਂ ਸਰਨਾ ਜੀਓ ਮੈਂ ਆਸਾ ਰੱਖੀ ਚਿਤ ਮੇਰਾ ਸਭ ਦੁੱਖ ਗਵਾਹੇ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਪ੍ਰਸਾਦ ਸਭ ਜਗ ਜਿਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਕ ਸਭ ਜਗ ਜਿਹੈ ਉਪਾਇਆ ਭਾਈ ਕਰਨ ਕਰਨ ਸਮਰੱਥ ਸੱਚੇ ਚਰਨ ਸਰੇ ਭਾਈ ਭ੍ਰਮ ਪਾਵੇ ਨਾਸ ਮੇਰੇ ਸੰਤ ਸਭਾ ਮਨ ਮਾਜੀਏ ਭਾਈ ਹਰ ਕੇ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਤ ਨੇ ਸੁਖ ਉਪਜੇ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਚੋੜੀਏ ਭਾਈ ਹੋਈਏ ਸਭ ਕੀ ਤੂਰ ਕੱਟ ਕੱਟ ਬ੍ਰਹਮ ਦਸਾਰਿਆ ਭਾਈ ਦੇਖੈ ਸੁਣੈ ਹਜ਼ੂਰ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਕਿਸ ਪਾਵੇ ਤਾਂ ਮਿਲੇ ਭਾਈ ਹਿਰਦੇ ਨਾਮ ਨਿਵਾਸ
ਗੁਰਮੁਖ ਕਮਲ ਪ੍ਰਗਾਸੀਏ ਪਾਈ ਹਿਰਦੇ ਹੋਵੇ ਪ੍ਰਗਾਸ ਪ੍ਰਗਟ ਭਿਆ ਪ੍ਰਤਾਪ ਪ੍ਰਭ ਪਾਈ ਮੋਲਿਆ ਧਰਤ ਆਕਾਸ ਗੁਰਪੁਰੈ ਸੰਤੋਖਿਆ ਪਾਈ ਅਹਿਨਸ ਲਾਗਾ ਪਾਓ ਰਸਨਾ ਰਾਮ ਰਵੇ ਸਦਾ ਪਾਈ ਸਾਚਾ ਸਾਧ ਸੁਆਓ ਕਰਨੀ ਸੁਣ ਸੁਣ ਜੀਵਿਆ ਪਾਈ ਨੇ ਚਲ ਪਾਇਆ ਥਾਓ ਜਿਸ ਪ੍ਰਤੀਤ ਨਾ ਆਵੇ ਪਾਈ ਸੋ ਜੀੜਾ ਜਲ ਜਾਓ ਬਹੁਗੁਣ ਮੇਰੇ ਸਾਹਿਬ ਪਾਈ ਹੋ ਤਿਸ ਕੈ ਬਲ ਜਾਓ ਉਹ ਨਿਰਗੁਣਿਆ ਰੇ ਪਾਲਦਾ ਪਾਈ ਤੇ ਨਿਥਾਵੇ ਥਾਓ ਰਿਜਕ ਸੰਭਾਏ ਸਾਸ ਸਾਸ ਪਾਈ ਗੂੜਾ ਜਾਪਨੋ ਜਿਸ ਗੁਰ ਸਾਚਾ ਭੇਟੀਏ ਪਾਈ ਪੂਰਾ ਤਿਸ ਕਰਮਾਓ ਇਸ ਬਿਨ ਕੜੀ ਨਾ ਜੀਵੀਏ ਪਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੇ ਪਾਈ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਪਾਈ ਕਿ ਤੋਹਨੇ ਅੰਗ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਹੀ ਪਰਿਵਾਰ ਕਥਾ ਕੋਈ ਸਮਾਂ ਇਸ ਤਰ੍ਹਾਂ ਦਾ ਸੀ ਸਾਡੇ ਕੋਲ ਮੀਡੀਆ ਨਹੀਂ ਸੀ ਪਤਾ ਨਹੀਂ ਕਿੱਥੇ ਕਿੱਥੇ ਕੀ ਹੁੰਦਾ ਸੀ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਜੇ ਮੀਡੀਆ ਸਾਡੇ ਕੋਲ ਹੈ ਤਾਂ ਉਹਦਾ ਕਦਰ ਕਰਨਾ ਵੀ ਬਹੁਤ ਜ਼ਰੂਰੀ ਤੇ ਮੀਡੀਆ ਚਲਾਉਣ ਵਾਸਤੇ ਆਪਾਂ ਨੂੰ ਥੋੜ੍ਹੀ ਬਹੁਤ ਗੁਜਰਾਨ ਮਾਇਆ ਦੀ ਵੀ ਲੋੜ ਇਸ ਤਰ੍ਹਾਂ ਤੇ ਨਹੀਂ ਹੈ ਕਿ ਹੋਰ ਕਈ ਚੈਨਲਾਂ ਵਾਂਗੂ ਮਾਇਆ ਦੀ ਦੁਹਾਈ ਪੱਟੀ ਜਾਈਏ ਮਾਇਆ ਹੀ ਚਾਹੀਦੀ ਮਾਇਆ ਹੀ ਚਾਹੀਦੀ। ਬਾਜਵਾ ਸਾਹਿਬ ਦੇ ਨਾਲ ਮੇਰੀ ਬਹੁਤ ਜ਼ਿਆਦਾ ਮਿੱਤਰਤਾ ਹੈ ਔਰ ਮੇਰੇ ਬਹੁਤ ਨਜ਼ਦੀਕੀ ਮੇਰੇ ਵੀਰ ਨੇ ਵੱਡੇ ਔਰ ਉਹਨਾਂ ਤੋਂ ਬਾਅਦ ਜੇ ਕੋਈ ਯੂਰਪ ਦੀ ਵਾਗ ਡੋਰ ਸੰਭਾਲ ਰਹੇ ਨੇ ਉਹ ਮੇਰੇ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਹਮਦਰਦ ਜੋ ਇਸ ਪੂਰੀ ਇਟਲੀ ਨੂੰ ਕਵਰਿੰਗ ਕਰ ਰਹੇ ਨੇ ਮੀਡੀਆ ਖਬਰਾਂ ਦੇ ਥਰੂ ਇਲੈਕਟ੍ਰੋਨਿਕ ਮੀਡੀਆ ਟੈਲੀਵਿਜ਼ਨ ਦੇ ਥਰੂ ਜੋ ਕਿ ਤੁਸੀਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਦੇਖੋਗੇ 2015 ਦੇ ਵਿੱਚ ਇੱਕ ਹੋਰ ਮਤਾ ਪਾਇਆ ਇਸ ਗੌਰਮੈਂਟ ਨੇ ਕਿਉਂਕਿ ਜਿਹੜੇ ਚੈਨਲ ਨੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਦੇ ਚਿੱਠੀਆਂ ਪਾਉਂਦੇ ਸੀ ਫਿਰ ਤਾਰਾਂ ਪਾਉਣ ਲੱਗ ਗਏ ਬੜਾ ਨਜ਼ਦੀਕ ਨੇੜੇ ਕੰਮ ਆਇਆ ਜੀ ਤਾਰ ਪਾ ਕੇ ਬੁਲਾ ਲਓ ਫਿਰ ਟੈਲੀਫੋਨ ਲੱਗ ਗਿਆ ਘਰ ਕਰਨ ਵਾਸਤੇ ਟੈਲੀਫੋਨਾਂ ਤੋਂ ਬਾਅਦ ਦੀ ਗੱਲ ਆਈ ਫਿਰ ਮੋਬਾਇਲ ਚੱਲ ਪਿਆ ਮੋਬਾਇਲ ਤੋਂ ਹੁਣ ਇੱਕ ਹੋਰ ਗੱਲ ਬਣ ਗਈ ਹੁਣ ਕਿੱਥੇ ਵੀ ਤੁਸੀਂ ਪੂਰੇ ਵਰਲਡ ਦੇ ਵਿੱਚ ਕੋਈ ਮੈਸੇਜ ਦੇਣਾ ਤੁਹਾਡਾ ਇੱਕ ਮਿੰਟ ਦੇ ਵਿੱਚ ਅੱਪ ਹੋ ਜਾਂਦਾ ਕਿਉਂਕਿ ਉਹ ਆ ਮੀਡੀਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੂਸਰੇ ਵੀ ਵਾਹਿਗੁਰੂ ਕਰੇ ਕਿਰਪਾ ਕਰੇ ਚੱਲਦੇ ਰਹਿਣ ਸਾਰੇ ਮੀਡੀਏ ਸਿੱਖ ਕੌਮ ਦੀ ਆਪਣੇ ਪੰਜਾਬ ਦੀ ਆਪਣੇ ਹਿੰਦੁਸਤਾਨ ਦੀ ਮਦਦ ਕਰ ਰਹੇ ਨੇ ਔਰ ਪਲੱਸ ਸਾਰੀ ਖਬਰ ਸਾਨੂੰ ਦਿਖਾਉਂਦੇ ਰਹਿੰਦੇ ਨੇ ਪਰ ਮੀਡੀਆ ਪੰਜਾਬ ਦੀ ਖਾਸ ਕਰਕੇ ਮੈਂ ਜਿਹੜੀ ਖਾਸੀਅਤ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਬੰਦੇ ਦੇ ਕੋਲ ਐਪਲ ਫੋਨ ਹੁਣ ਹਰ ਫੋਨ ਦੇ ਵਿੱਚ ਇੱਕ ਇੰਟਰਨੈਟ ਚੱਲਦਾ ਤੇ ਆਪਾਂ ਇੰਟਰਨੈਟ ਨੂੰ ਜਦੋਂ ਮਰਜ਼ੀ ਡਾਊਨ ਕਰਕੇ ਜਦੋਂ ਮਰਜ਼ੀ ਉਹਨੂੰ ਚਲਾ ਕੇ ਆਪਾਂ ਪੂਰੇ ਵਰਲਡ ਦੀ ਖਬਰ ਦੇਖ ਸਕਦੇ ਹਾਂ ਜਿੱਥੇ ਵੀ ਕੰਮ ਤੇ ਤੁਸੀਂ ਬੈਠੇ ਹੋ 5 ਮਿੰਟਾਂ ਵਾਸਤੇ ਕੌਫੀ ਲਈ ਵੀ ਸਮਾਂ ਮਿਲਿਆ ਨਾ ਤੇ ਤਾਂ ਵੀ ਤੁਸੀਂ ਖਬਰ ਉਹਦੇ ਵਿੱਚੋਂ ਪੜ੍ਹ ਸਕਦੇ ਹੋ ਕਿਉਂਕਿ ਉਹ ਨਾਲ ਹੀ ਟੂਨ ਟੂ ਹੋਣੀ ਤੁਹਾਨੂੰ ਪਤਾ ਲੱਗ ਜਾਣਾ ਔਰ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਇਸ ਪ੍ਰੋਗਰਾਮ ਨੂੰ ਹੋਰ ਕਈ ਜਗ੍ਹਾ ਤੇ ਚਲਾਉਣ ਵਾਸਤੇ ਵਾਰ ਵਾਰ ਟੈਲੀਫੋਨ ਕਰਨਾ ਪੈਂਦਾ ਜੀ ਤੁਸੀਂ ਪ੍ਰੋਗਰਾਮ ਸਾਡਾ ਕਵਰੇਜ ਕਰਕੇ ਗਏ ਸੀ ਤੇ ਉਹ ਜੀ ਚਲਾਇਆ ਕਿਉਂ ਨਹੀਂ ਤੇ ਇਹਨਾਂ ਨੇ ਭਾਈ ਸਾਹਿਬ ਉਹਨਾਂ ਨੇ 15 ਦਿਨਾਂ ਦੇ ਵਿੱਚ ਘੱਟੋ ਘੱਟ 2-3 ਵਾਰੀ ਦਿਖਾ ਦੇਣਾ ਹੁੰਦਾ ਜਦੋਂ ਵੀ ਸਮਾਂ ਮਿਲਦਾ ਤੁਸੀਂ ਮੀਡੀਆ ਪੰਜਾਬ ਨੂੰ ਜਦੋਂ ਵੀ ਖੋਲਦੇ ਹੋ ਉਹਦੇ ਅੰਤਰਰਾਸ਼ਟਰੀ ਤੁਸੀਂ ਟੱਚ ਕਰਦੇ ਹੋ ਤੇ ਨਾਲ ਹੀ ਪਹਿਲਾਂ ਟੀਵੀ ਚੱਲਦਾ ਟੀਵੀ ਤੇ ਪ੍ਰੋਗਰਾਮ ਦੇਖਣਾ ਟੀਵੀ ਤੇ ਦੇਖੋ ਜੇ ਉਦਾਂ ਖਬਰਾਂ ਪੜਨੀਆਂ ਉਦਾਂ ਪੜੋ ਕਿਉਂਕਿ ਹਰ ਬੰਦੇ ਦੇ ਕੋਲ ਇਲੈਕਟ੍ਰੋਨਿਕ ਹਰ ਬੰਦੇ ਦੇ ਹੱਥ ਦੇ ਵਿੱਚ ਇੱਕ ਮੀਡੀਆ ਪੰਜਾਬ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਸਾਹਿਬ ਭਾਈ ਬਾਜਵਾ ਸਾਹਿਬ ਮੈਨੂੰ ਕਹਿ ਰਹੇ ਸੀ
कि भाई साहब जी आउण सानू सिर्फ ते सिर्फ साडा कहिंदे 5-7 हज़ार ही खर्चा आ महीने दा, कोई साडा लखां जां करोड़ां पाउंड नहीं है भी इत्थे 5-7 हज़ार खर्चा भी, बाकी साडे जिहड़े वर्कर ने वलंटियर जिहड़े डिस्ट्रीब्यूटर ने जिस तरह भाई साहब होर भी कई इत्थे सारे मेरे वीर वर्क कर रहे ने हर जगह तो खबर बना के हर कौम दे कोने कोने दे विच पूरे वर्ल्ड दे विच पहुंचा रहे ने। सो मैं उत्थे ए भी समझदा कि देखो इन्नी दूरों गड्डी च तेल भी मचदा, क्योंकि बाजवा साहब ने सीधा ही कहा ना मैनू कुछ दिओ ते ना ही मेरे तो कुछ मंगो, दो गल्लां ने कहिंदे भी एक कैमरा लै लो 2-4 हज़ार दा जां 1000 दा जां 500 दा, आ कैमरा जिहड़ा भाई साहब उहनां दा चल रिहा, कहिंदे कैमरा लै लो ते तुसी ओनू रिकॉर्डिंग आप करके ते मैनू भेजो चला मैं दूंगा, जे जे तुसी समझदे हो कि कोई खर्चा ही ना होवे, ते जे भाई साहब भाई साधु सिंह होरी या होर इत्थे वर्कर जिन्ने अपने वर्क कर रहे ने जो साडी आवाज अज इत्थे बैठे, सानू की पता सी अगर मीडिया ना साडे कोल होवे ते पूरे वर्ल्ड दे विच कोई मीडिया देख नहीं सकदा, पता नहीं किसे नूं लगूगा कि पेचैसे दे विच अज महाराज रविदास जी दा जन्म दिहाड़ा मनाया गया, क्योंकि यही देखो हुण इत्थे चल रहा होर 2 दिन तक सारी दुनिया दे विच पता होगा, ओहदे वास्ते जिते आपां इन्ने इन्ने खर्चे करदे आ होर कई फलातू खर्चे करदे आ उहनां दे विचों थोड़ी जी ये भी तिल फुल भेट आया इक पातशाह नूं तां देनी आ, पातशाह दी तां बणदी आ, पर पातशाह दे अगे पिछे उहदे ना बच्चे भी तुरे फिरदे ने, जिस तरह ढाडी कीर्तनीए रागी होर कथावाचक सारे आउंदे ने, इक कथावाचक इक ढाडी जिस तरह छोटे छोटे बच्चे ने, कईआं बंदिआं दी इस तरह दी गल हो जांदी किसे नूं मैं गल ला के नहीं कहिंदा, पर देखो महाराज सच्चे पातशाह कहिंदे वी परिवार नूं चलाउण वास्ते थोड़ी बहुत गुजराण दी वी लोड़, सो ढाडी बच्चे चाहे कोई भी दुनिया ते जिहड़ा साह लैंदा ना उहनूं भुख वी लगदी, ते भुख नूं मारन वास्ते माया दी लोड़ अन्न पाणी लंगर प्रसादा छकण दी, इस करके जिहड़ा बंदा ज्यादा मूंह पाड़ के मंगदा कि सानूं इह कर दिओ उह कर दिओ, उहनां नूं बिलकुल ना बेशक लागे ना लगन दो, पर जेदा जिन्ना क हक आ उहनूं जरूर तेल पानी दा खर्चा जरूर दो, क्योंकि आ बच्चे ने महाराज सच्चे पातशाह ने साडी झोली दे विच पाए ने, ये सारे बच्चे तुहाडे ने, और जिस तरह भाई साहब भाई साधु सिंह हमदर्द मीडिया पंजाब जो सारी इटली की कवरिंग करके पूरे वर्ल्ड दे विच दसदे ने, इन्हां दा भी तुसीं तहे दिलों दिल तो ਜਦੋਂ ਇਹਨਾਂ ਨੂੰ ਦਿਲ ਤੋਂ ਬੁਲਾਓਗੇ ਤੇ ਇਹ ਦਿਲ ਤੋਂ ਪਹੁੰਚਣਗੇ, ਦਿਲ ਤੋਂ ਇਹਨਾਂ ਦਾ ਸਤਿਕਾਰ ਕਰੋ, ਤੇ ਮੇਰੇ ਭਾਈ ਸਾਹਿਬ ਉਹਨਾਂ ਦਾ ਇਹਨਾਂ ਦਾ ਵੀ ਬੜਾ ਵਧੀਆ ਇੱਕ ਰੂਹ ਵਾਲੇ ਨੇ ਕਿ ਇਹ ਵੀ ਜਿੱਥੇ ਕੋਈ ਪ੍ਰੇਮ ਨਾਲ ਬੁਲਾਉਂਦਾ ਉੱਥੇ ਇਹ ਵੀ ਚਲੇ ਜਾਂਦੇ ਨੇ, ਪਰ ਦੂਸਰੀ ਗੱਲ ਹੋਰ ਆ ਇਹ ਨਾ ਤੇ ਕਿਸੇ ਤੋਂ ਡਰਿਆ ਇੱਦਾਂ ਖਬਰ ਲਿਖਦੇ ਨੇ, ਜੋ ਲਿਖਦੇ ਨੇ ਬਿਲਕੁਲ ਸਹੀ ਸੱਚ ਲਿਖਦੇ ਨੇ, ਸੋ ਮੈਂ ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਸਾਡੀਆਂ ਖਬਰਾਂ ਵੀ ਲਿਖਦੇ ਰਹਿੰਦੇ ਨੇ, ਪਲੱਸ ਸਾਰੀ ਸੰਗਤਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਔਰ ਤੁਸੀਂ ਬਾਕੀ ਸਾਰਿਆਂ ਦੀਆਂ ਵੀ ਪੜ੍ਹ ਕੇ ਦੇਖੋ, ਪਰ ਇਸ ਮੁੱਦੇ ਦੇ ਵਿੱਚ ਜੋ ਕਿੱਥੇ ਸ਼ਬਦਾਵਲੀ ਵਰਤਦੇ ਨੇ ਭਾਈ ਸਾਹਿਬ ਸਰਦਾਰ ਸਾਧੂ ਸਿੰਘ ਜੀ ਹਮਦਰਦ, ਉਹ ਸ਼ਬਦਾਵਲੀ ਕਾਬਲੇ ਗੌਰ ਆ, ਕਿਉਂਕਿ ਇੱਕ ਸ਼ਬਦ ਆਉਂਦਾ ਨੋਰਮਲੀ ਕਹਿ ਦੇਣਾ, ਇੱਕ ਸ਼ਬਦ ਨੂੰ ਇਸ ਤਰ੍ਹਾਂ ਹੁੰਦਾ ਪਰੋਇਆ ਜਾਣਾ, ਕਈ ਵਾਰੀ ਹੂੰ ਤੇ ਹਾਂ ਚ ਫਰਕ ਕੋਈ ਬੰਦਾ ਬੁਲਾਉਂਦਾ ਜੀ ਭਾਈ ਸਾਹਿਬ ਇੱਧਰ ਆਓ, ਅੱਗੋਂ ਬੋਲਣਾ ਹੀ ਔਖਾ, ਤੇ ਜੇ ਉਹਨੂੰ ਆਪਾਂ ਕਹਿੰਦੇ ਜੀ ਆਏ ਜੀ, ਤੇ ਜੀ ਚ ਤੇ ਹੂੰ ਚ ਕੋਈ ਫਰਕ ਨਹੀਂ ਹੁੰਦਾ, ਸੋ ਦੇਸੀ ਜੀਆਂ ਪੰਜਾਬੀ ਜੀਆਂ ਬਾਤਾਂ ਆਪਾਂ ਪੇਂਡੂ ਆ, ਕੋਈ ਇੰਨੀਆਂ ਜ਼ਿਆਦਾ ਗੁਰਮਤ ਦੀਆਂ ਮੈਨੂੰ ਵੀ ਗੱਲਾਂ ਕੋਈ ਨਹੀਂ ਆਉਂਦੀਆਂ, ਪਹਿਲਾਂ ਮੈਂ ਵੀ ਘੁਲਦਾ ਘੁਲਦਾ ਹੀ ਹੁਣ ਇੱਧਰ ਆ ਗਿਆ, ਮੈਨੂੰ ਇੰਨਾ ਕੋਈ ਪਤਾ ਪੁਤਾ ਤਾਂ ਹੈ ਨਹੀਂ ਬੋਲਣ ਦਾ, ਪਰ ਜੇ ਤੁਹਾਡੀ ਸੀਸ ਹੋਈ ਤਾਂ ਜ਼ਰੂਰ ਸੰਗਤਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸੇਵਾ ਕਰਨ ਦਾ ਉਪਰਾਲਾ ਕਰਾਂਗੇ, ਸੋ ਹੋਈਆਂ ਭੁੱਲਾਂ ਦੀ ਖੇਮਾ, ਔਰ ਸਾਰੀ ਇਹ ਪ੍ਰਬੰਧਕ ਕਮੇਟੀ ਮੈਂ ਕਹਿੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਕਮੇਟੀ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਦਿਨ ਡੁੱਗਣੇ ਰਾਤਾਂ ਚੌਗਣੀਆਂ ਕਰੇ, ਔਰ ਸਾਰੇ ਜਿੰਨੇ ਮੇਰੇ ਨੌਜਵਾਨ ਵਰਕ ਕਰ ਰਹੇ ਨੇ ਮੈਂ ਕਹਿੰਦਾ ਇਸੇ ਤਰ੍ਹਾਂ ਵਰਕ ਵੀ ਕਰੋ, ਪਰ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਵੀ ਜ਼ਰੂਰ ਪ੍ਰਵਾਨ ਕਰੋ, ਮਹਾਰਾਜ ਦਾ ਨਾ ਜੋ ਬਣਾਈ ਹੋਈ ਮਰਿਆਦਾ ਨਾ ਇੱਥੇ ਹੀ ਫਤਿਹ ਬੁਲਾਉਂਦੇ ਆ, ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰੂ ਦੇਵ। ਬਹੁਤ ਹੀ ਪ੍ਰਭਾਗਾ ਦਿਨ ਹੈ ਕਿ ਆਪਣਾ ਸਾਹਿਬ ਸ੍ਰੀ ਗੁਰਦਾਸ ਮਹਾਰਾਜ ਜੀ ਦੇ 637ਵੇਂ ਪੁਰਬ ਤੇ ਇਕੱਤਰ ਹੋਏ, ਇਸ ਕਮੇਟੀ ਨੂੰ ਵੀ ਔਰ ਜਿੰਨੀਆਂ ਵੀ ਕਮੇਟੀਆਂ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਸਤਿਕਾਰ ਹੈ, ਔਰ ਜੋ ਜਥਾ ਮੈਨੂੰ ਕਾਫੀ ਦੇਰ ਤੋਂ ਬਾਅਦ ਕਾਫੀ ਦੇਰ ਬਾਅਦ ਇੱਕ ਜਥਾ ਵਧੀਆ ਇਹ ਸੁਣਨੇ ਨੂੰ ਮਿਲਿਆ, ਇਹਨਾਂ ਦਾ ਇਕੱਲਾ ਨਾਂ ਹੀ ਬਹਾਦਰ ਨਹੀਂ, ਇਹਨਾਂ ਨੇ ਗੱਲਾਂ ਵੀ ਬੰਦਾ ਸਿੰਘ ਬਹਾਦਰ ਵਾਂਗੂ ਕੱਢ ਕੇ ਕਹੀਆਂ, ਕੋਈ ਚੰਗੇ ਨਹੀਂ ਹੈ, ਇਹ ਸਿਰਫ ਇੱਕ ਦੋ ਘਾਟਾਂ ਤੋਂ ਇਲਾਵਾ ਜੋ ਮੇਰੇ ਚੰਗੇ ਬੱਚੇ ਨੇ
सिर्फ एक दो बात बहुत दूजिया गलतियां नहीं असि भार कह सकते हैं कि जो इन्हों का जो तजर्बा हो जाएगा तो जरूर गौर करेंगे और मैं कभी कभी मौका मिले तो मैं इन्होंने दसागा भी की करना वो इस करके गुस्सा नहीं करना कि मास्टर है वो मास्टर तो ठीक है क्योंकि भारत के अंदर बहुत सारे ग्रंथ ने कोई एक वाहद ग्रंथ है साढ़े को जिन्हें बराबरता की गल की है निडर होके छत्ती महापुरुष ने कोई जात पात की गल नहीं ये हिंदू भी ने ये छोटिया बरादरियां जिन्होंने कहा वह भी ने बड़े भी ने सारे पासे कौन असं कह कौन बड़ा कौन छोटा जैसे इंडिया गवर्नमेंट ने जो है कानून भी पास कर दिता जिस वेले कोई जट जे बेचारे चमारा चूड़ियां जो किसी बरादरी अंदर नहीं सी बन देंगे अज उन्होंने कानून पास कर दिता और कमड़े बांझे रह गए ये उदो डॉक्टर अंबेडकर साहब की मैं जो ना पहली बारी दुए पढ़िया वो वैसट यूनियन तो पंजाब एक्सप्रैस इन्होंने फाउंडे है इन्हों वालों साधु सिंह वालों ने साधु सिंह हमदर्द जी अजीत अखबार से जेडे पितामा ने कि वापस आए है और मेरा ख्याल है कि इन्हों का किरत भी उही है कि उस दुए मेरा ख्याल था परमात्मा पहला लैके जाने भुलेखा लग गया इन्होंने दोबारा बाद भेज दिता जो कि आज सन्मुख हुए हैं तो बहुत बहुत इन्हों का धनबाद है मीडिया का भी और साहब श्री गुरु ग्रंथ साहब जी का छत्ती महापुरशों का और इतने के कमेटी साहबान जिन्या भी संगतं ने लंगर च सेवा की है जिन्हें बीबिया ने अब बीबिया वैसे बहुत थोड़ी किसी को कहने नहीं पे जी तुम चुप करो मैं ब्रेशिया वो पिछले तो पिछले ऐतवार गुरपुरब से गया तो मैं एक बेनती की बीबिया मैं क्या भी तुम सू घर का बोलने नहीं दिनी इतने दस मिनट सू दे दौ तो बड़ा बीबिया भी खुश हो गई और चुप भी कर गई और बच्चे भी जानिए भी संदेश जो कहता है जो अल्फाज ने उन्होंने अच्छे ढंग के नाल अगर संगत के नाल पेश आईए तो संगत भी वही कोई दूजी ओपरी नहीं है तो उन्होंने असं ढंग के नाल अगर असी सिखा लवेंगे तो फिर वाकई फिर असि सिख ही पावे फिर हो कुछ नहीं पावे तो वाहेगुरु जी का खालसा वाहेगुरु जी के फतेह सारी संगत नूं जय गुरु देव धन गुरु देव जय तोही मोही मोही तोही अंतर कैसा अंतर कैसा तोही मोही मोही तोही अंतर कैसा अंतर कैसा कनक कटक जल तरंग जैसा कनक कटक जल तरंग जैसा तोही मोही मोही तोही अंतर कैसा अंतर कैसा जो पे हम न